ਪਲਕਾਨੇ ਜਿੰਦਾਬਾਦ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਸਿਕੰਦਰ ਧਾਰੀਵਾਲ ਤੋਂ ਅੱਜ ਜੋ ਆਪਾਂ ਇਹ ਰੋਸ ਪ੍ਰਗਟਾਵਾ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ਼, ਉਹਨਾਂ ਨੇ ਸਾਡਾ ਵੈਟ ਪੂਰੇ ਪੰਜਾਬ ਦੇ ਵਿੱਚ ਜੋ ਨਹੀਂ ਰਿਲੀਜ਼ ਕੀਤਾ, ਉਹਦੇ ਰੋਸ ਵਿੱਚ ਜੋ ਆਪਾਂ ਅੱਜ ਇੱਕ ਘੜਾ ਭੰਨ ਰੋਸ ਮਾਰਚ ਕਰ ਰਹੇ ਹਾਂ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਘੜਾ ਭੰਨਾਂਗੇ ਤਾਂ ਕਿ ਸਰਕਾਰ ਦੀਆਂ ਜਿਹੜੀਆਂ ਸੁੱਤੀ ਸਰਕਾਰ ਨੂੰ ਅਸੀਂ ਜਗਾ ਸਕੀਏ। ਅੱਗੇ ਸਾਡੀ ਕਾਰਵਾਈ ਜੀ, ਜੋ ਸਾਨੂੰ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸਾਡੇ ਜਿਹੜੇ ਮੇਨ ਅਹੁਦੇਦਾਰ ਆ ਉਹਨਾਂ ਦਾ ਜੋ ਸੱਦਾ ਆਏਗਾ ਸੀ ਉਹਨਾਂ ਦੇ ਸੱਦੇ 'ਤੇ ਅਗਲਾ ਸੰਘਰਸ਼ ਆਪਾਂ ਜਾਰੀ ਰੱਖਾਂਗੇ। ਤਾਂ ਜਿਮ ਸਿੰਘ ਸੀ ਆ, ਸੋ ਮੈਂ ਕਮੇਟੀ ਵਿੱਚ ਮੁਲਾਜ਼ਮ ਸਰਕਾਰੀ ਕਰਮਚਾਰੀ, ਔਰ ਇਸੇ ਤਰ੍ਹਾਂ ਸਾਡੇ ਜੋ ਮੁਲਾਜ਼ਮ ਅੱਜ ਰੋਸ ਪ੍ਰਗਟ ਕਰ ਰਹੇ ਨੇ ਉਹਦਾ ਕਾਰਨ ਇਹੋ ਕਿ ਅਸੀਂ ਸਭ ਬਹੁਤ ਗਰੀਬ ਲੋਕ ਮਤਭੇਦ ਰੱਖਦੇ ਹਾਂ, ਔਰ ਸਾਡੇ ਲੋਕਾਂ ਦੇ ਵਿੱਚ ਇਹ ਆ ਕਿ ਅਸੀਂ ਕੋਈ ਬਿਜ਼ਨਸ ਨਹੀਂ ਸਾਡੇ ਜਿਹਦੇ ਨਾਲ ਅਸੀਂ ਘਰਾਂ ਦਾ ਕਾਰੋ ਖਰਚਾ ਜਿਹੜਾ ਚੁੱਕ ਸਕੀਏ। ਇਹ ਸਰਕਾਰਾਂ ਜਿਹੜੀਆਂ ਤਨਖਾਹਾਂ ਨਾ ਭੇਜਣ ਦੇ ਕਾਰਨ, ਵੈਟ ਦੀ ਰਕਮ ਨਾ ਭੇਜਣ ਕਾਰਨ ਸਾਡੇ ਬੱਚਿਆਂ ਦੇ ਵਿੱਚ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਫੀਸਾਂ ਦੇਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ, ਔਰ ਰੋਟੀ ਪਾਣੀ ਦੇ ਵਿੱਚ ਵੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ, ਔਰ ਸਰਕਾਰ ਤਾਂ ਇਸ ਲਈ ਬਣਾਈ ਜਾਂਦੀ ਕਿ ਸਰਕਾਰ ਆਪਣੇ ਲੋਕਾਂ ਦਾ ਖਿਆਲ ਰੱਖੇ, ਪਰ ਇਹ ਸਰਕਾਰ ਇਸ ਤਰ੍ਹਾਂ ਦੀ ਐਦਕਾਂ ਸਰਕਾਰ ਹੈ ਕਿ ਜਿਹੜੇ ਸਾਨੂੰ ਮੁਲਾਜ਼ਮਾਂ ਕੋਲ ਖੁਦ ਇਹ ਪੈਸੇ ਲੈ ਰਹੇ ਹਨ, ਯਾਨੀ ਕਿ ਜਿਵੇਂ ਸਾਡੇ ਕੋਲ 200 ਰੁਪਏ ਮਹੀਨੇ ਦਾ ਟੈਕਸ ਲਿਆ ਰਿਹਾ ਜਾ ਰਿਹਾ, ਔਰ ਦੇਣ ਦੀ ਬਜਾਏ ਨਾ ਤਾਂ ਸਾਨੂੰ ਡੀਏ ਦੀ ਜਾ ਰਹੇ ਨਾ ਸਾਨੂੰ ਪੇ ਕਮਿਸ਼ਨ ਦਿੱਤਾ ਜਾ ਰਿਹਾ, ਬਲਕਿ ਇਹ ਸਰਕਾਰ ਬਿਲਕੁਲ ਹੀ ਕਰਮਚਾਰੀਆਂ ਦੇ ਖਿਲਾਫ ਆ ਜੋ ਅਸੀਂ ਦਿਨ ਖੇਦੀ ਕਰਦੇ। ਇਸ ਕਰਕੇ ਸਾਨੂੰ ਇਹ ਤੋਂ ਬਾਅਦ ਜੇ ਕੋਈ ਸਾਡਾ ਅਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਹੋ ਸਕਦਾ ਸਾਨੂੰ ਚੱਕੇ ਵੀ ਜਾਮ ਕਰਨੇ ਪੈਣ, ਸਾਨੂੰ ਸ਼ਹਿਰਾਂ ਦੇ ਵਿੱਚ ਹੋਰ ਤਰ੍ਹਾਂ ਦਾ ਮਤਲਬ ਆਪਣਾ ਕਮੇਟੀ ਦੇ ਮਤਲਬ ਅੱਡ ਦੇ ਮੁਤਾਬਕ ਸਾਨੂੰ ਹੋਰ ਵੀ ਹੜਤਾਲ ਨੂੰ ਤੇਜ਼ ਕਰਨਾ ਪਵੇਗਾ। ਸੋ ਅਸੀਂ ਕਰਨ ਲਈ ਮਜਬੂਰ ਹੋਵਾਂਗੇ।